अस्सलाम वालेकुम नाज़रीन, मैं तुहाडा मेज़बान आर के रज़ाक ते तुसी वेख रहे हो अपना रंग टीवी। नाज़रीन, अज असी मौजूद हाँ महमूद बूटी के इलाके च बकरा मंडी। तुसी वेख रहे हो मेरे पिछे मुख्तलिफ जानवर, ऊंट, कट्टे, बच्छे। तो असी अज बकरियां दे और जानवरां दे हवाले दे नाल करांगे लोगों नाल गलबात, और मुख्तलिफ जिहड़े ने जानवर वेचण आए ने इत्थे मुसाफर लोग उन्हां नाल भी गलबात करांगे, जाणांगे जानवरां दे रेट और वेखांगे कि जिहड़ा इस टाइम इस मंडी दे विच सब तो बेहतर, खूबसूरत और महंगा तरीन जानवर किहड़ा हैगा। अच्छा जी, साडे नाल कुछ दोस्त मौजूद ने ते जिन्हों का कहना कि आ बछा जिहड़ा हैगा आ वजन दे विच भी बहुत ज़्यादा ते रेट भी, अजे असीं उन्हां कोलों पुछिया नहीं, उन्हां कोलों पुछने आ। अस्सलाम वालेकुम। वालेकुम सलाम। की नाम दोस्त? नौमी। बछे का की नाम है? शेरे लोर। ते तेरा की नाम है? नौमी। मैं समझा बछे का नाम नौमी है, तेरा नाम शेरे लोर। अच्छा, मैनू यह दसो कि इहदा वजन किन्ना हैगा बछे का? 50 मन। 50 मन? पक्की गल जी? पक्की गल है। ते ऐ की मैं वेख रहा कि माशाल्लाह बछा 50 मन दा, ते तुसी मेरा हले 1.5 कु पाइया दे बछा जिधर नु जा रहा उधर खिंची जा रहे हो तुसी। हर चीज़ बच्चे ने खवाई है, आप तो कुछ खाई नहीं, 3 साल हो गए पालते हुए। असी मंगने 15 लाख रुपया, लोग 5 लाख 6 लाख रुपया इंज ला रहे, लेकिन नहीं देन दे। साड़ी उम्मीद हैगी है कि 10 लाख तक विक जाए। 10 लाख रुपये तक रहा विक जाए 50 मन का बच्चा है शेरे लाहौर का ना जी। ए वेख लो बच्चा कहता तो कुछ नहीं, अपना घर पा लिया या लिया है, यदा थोड़ा जहा दसो सानू। भाजी ये बच्चा लिया सी 3 साल पहला, ये आप माशाल्लाह घर ही इनू पालिया, ठीक नैचुरल फीड ते नहीं पलिया, मुरब्बे दिते ने, इनू फल दिते ने, बदम दिते ने, वेख लो जिन्हें भाई ने पालिया मेरा, ठीक है उनकी सेहत वेख लो तो मेरे बच्चे की वेख लो। नहीं लग रहा कि वाकई तुसी इहदे ते मेहनत कीती है, यानी भरा नूं कख नहीं खवाया तो बच्चे नूं खवाता सारा कुछ। दूसरा बच्चा हैगा, ठीक है, इहदा वजन और इहदी कीमत जानन की कोशिश करने आ, और कद ते इहदा माशाल्लाह मेरे नालों भी ज़्यादा वड्डा, ते इहदा कद किन्ना, अपना वजन किन्ना, ते इहदी किन्नी कीमत मंगदे हो तुसी? इहदा वजन हैगा 40 मन जिंदा, ते इहदा असीं 10 लाख रुपया मंगने आ। ਉਹ 50 ਮਨ ਦਾ ਸੀ ਜ਼ਿੰਦਾ ਅਤੇ ਇਹ 40 ਮਨ ਦਾ ਜ਼ਿੰਦਾ, ਠੀਕ ਹੈ। ਅਤੇ ਆਪਣਾ 10 ਲੱਖ ਰੁਪਇਆ ਇਹਦੀ ਕੀਮਤ? 10 ਲੱਖ ਰੁਪਇਆ ਦੀ ਕੀਮਤ ਮੰਗਣੇ ਆ, ਅਤੇ ਲੋਕ 5 ਲੱਖ 6 ਲੱਖ ਤੱਕ ਅਜੇ ਲਾ ਰਹੇ, ਇਸ ਤੋਂ ਜ਼ਿਆਦਾ ਆਵਾਮ ਉੱਤੇ ਨਹੀਂ ਜਾਂਦੀ। ਅੱਛਾ, ਕਿਸ਼ਤਾਂ 'ਤੇ ਦਿੰਦੇ ਹੋ ਕਿ ਨਹੀਂ? ਇਹ ਕੁਰਬਾਨੀ ਦਾ ਜਾਨਵਰ ਇਹ ਹੈ, ਕਿਹੜਾ ਕਿਸ਼ਤਾਂ 'ਤੇ ਦੇਣ ਲਾਏਗਾ। ਅੱਛਾ, ਮੈਨੂੰ ਇਹ ਦੱਸੋ ਕਿ ਇਹਦੀ ਨਸਲ ਕੀ ਹੈਗੀ ਹੈ ਅਤੇ ਇਹਨੂੰ ਕੀ ਖਵਾਉਂਦੇ ਪਿਆਉਂਦੇ? ਭਾਅ ਜੀ, ਇਹਦੀ ਨਸਲ ਹੈ ਸਿੱਪੀ ਦੇਸੀ, ਘੋੜਾ ਨਸਲ ਜਿਹਨੂੰ ਕਿਹਾ ਜਾਂਦਾ ਹੈ, ਦੇਸੀ ਹੈ ਵੀ, ਠੀਕ ਹੈ। ਇਹ ਵੀ ਮੁਰੱਬਿਆਂ ਅਤੇ ਫਲਾਂ 'ਤੇ ਪਲਿਆ ਹੈ ਮਾਸ਼ਾਅੱਲਾ, 2 ਸ਼ੋਦਿਆਂ ਨੂੰ ਦੇਈਦਾ ਹੈ ਬੱਚਿਆ। ਅੱਛਾ, ਇਹ ਜਿਹੜਾ ਫਾਰਮ ਬਣਾਇਆ ਇਹਦਾ ਕੀ ਨਾਂ ਹੈ? ਇਹ ਨੁਮਾਨ ਫਾਰਮ ਦੇ ਨਾਂ ਤੋਂ। ਨੁਮਾਨ ਉਰਫ ਨੌਮੀ? ਨੌਮੀ ਬਾਈ ਦੇ, ਇਹ ਮੇਰਾ ਭਾਈ ਹੈ ਅਤੇ ਇਹਦੇ ਨਾਂ ਤੋਂ ਫਾਰਮ ਰੱਖਿਆ ਗਿਆ। ਨਹੀਂ ਭਾਅ ਜੀ, ਇਹ ਜਿਹਦੇ ਕੋਲ ਅੱਲਾ ਪਾਕ ਨੇ ਨਵਾਜ਼ਿਆ ਹੈ, ਸ਼ੌਕੀਨ ਹੈ, ਇਨਵੈਸਟਰ ਬੰਦਾ ਹੈ, ਪੈਸੇਦਾਰ ਹੈ, ਇਹ ਉਹ ਹੀ ਲੈ ਕੇ ਜਾਏਗਾ ਜਾਂ ਜਿਹਦੇ ਮੁਕੱਦਰਾਂ 'ਚ ਮਾਲਕ ਨੇ ਕਰ ਦਿੱਤਾ ਹੈ, ਠੀਕ ਹੈ। ਇੱਥੇ ਉਹ ਵੀ ਜੀ ਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ, ਅਤੇ ਮਾਸ਼ਾਅੱਲਾ ਅੱਲਾ ਦੀ ਰਾਹ 'ਤੇ ਉਹ ਬਹੁਤ ਜ਼ਿਆਦਾ ਵੱਧ ਚੜ ਕੇ ਮਾਸ਼ਾਅੱਲਾ ਦਿੰਦੇ ਨੇ, ਮਾਲਕ ਕਬੂਲ ਫਰਮਾਏ ਉਹਨਾਂ ਦੀ, ਇਹ ਜਿਹਦੇ ਮੁਕੱਦਰਾਂ 'ਚ ਜਿਹਦੇ ਨਸੀਬਾਂ 'ਚ ਹੋਇਆ ਇਨਸ਼ਾਅੱਲਾ ਉਹਨੂੰ ਇਹ ਮਿਲੇਗਾ। ਨਾਜ਼ਰੀਨ, ਅਸੀਂ ਇਸ ਟਾਈਮ ਮੌਜੂਦ ਹਾਂ ਮੰਡੀ ਦੇ ਵਿੱਚ ਹੀ, ਔਰ ਸਾਡੇ ਨਾਲ ਜਿਹੜੇ ਦੋਸਤ ਮੌਜੂਦ ਨੇ, ਇਹ ਊਂਠ ਤੁਸੀਂ ਵੇਖ ਸਕਦੇ ਹੋ, ਇਹ ਪੂਰੀ ਮੰਡੀ ਦੇ ਵਿੱਚ ਕੱਦ ਵੀ ਇਹਨਾਂ ਦਾ ਬਹੁਤ ਜ਼ਿਆਦਾ। ਭਾਅ ਜੀ, ਇਹਨੂੰ ਥੋੜ੍ਹਾ ਜਿਹਾ ਪਰਾ ਰੱਖੋ। ਇਹਨਾਂ ਦਾ ਕੱਦ ਵੀ ਮਾਸ਼ਾਅੱਲਾ, ਆਮ ਰੂਟੀਨ 'ਚ ਜਿਹੜੇ ਊਂਠ ਹੁੰਦੇ ਨੇ ਉਹਨਾਂ ਨਾਲੋਂ ਇਹਨਾਂ ਦਾ ਕੱਦ ਵੀ ਜ਼ਿਆਦਾ, ਇਹਨਾਂ ਦਾ ਵਜ਼ਨ ਵੀ ਜ਼ਿਆਦਾ, ਔਰ ਇਹਨਾਂ ਦਾ ਰੇਟ ਜਾਣਨ ਦੀ ਕੋਸ਼ਿਸ਼ ਕਰਨੇ ਕਿ ਇਹ ਕਿੰਨੇ ਪੈਸੇ ਮੰਗਦੇ ਨੇ। ਅਸਲਾਮ ਵਾਲੇਕਮ ਜੀ। ਅੱਛਾ, ਤੁਸੀਂ ਮਾਲਕ ਜੀ? ਵਾਲੇਕੁਮ ਅਸਲਾਮ। ਨਾਂ ਕੀ ਤੁਹਾਡਾ? ਸਮੀਉੱਲਾ। ਸਮੀਉੱਲਾ ਸਾਹਿਬ, ਇਹਨਾਂ ਦਾ ਵਜ਼ਨ ਕਿੰਨਾ ਔਰ ਇਹ ਕਿੰਨੇ ਪੈਸੇ ਮੰਗਦੇ ਹੋ? ਇਹਦਾ ਵਜ਼ਨ ਹੈਗਾ ਤਕਰੀਬਨ 28 ਮਣ। ਜ਼ਿੰਦਾ ਦਾ? ਹਾਂ, ਜ਼ਿੰਦਾ ਦਾ। ਅੱਛਾ, ਤੇ ਇਹਦਾ ਬਣ ਜਾਣਾ 26-27 ਇੰਨਾ ਇੱਕ ਮਣ। ਠੀਕ ਹੈ। ਹਾਂਜੀ, ਤੇ ਕਿੰਨੇ ਪੈਸੇ ਮੰਗਦੇ ਹੋ ਤੁਸੀਂ? ਇਹ ਜੋੜੀ ਦਾ 20 ਲੱਖ ਮੰਗਣੇ ਆ ਜੀ। ਜੋੜੀ ਦਾ 20 ਲੱਖ? ਅਤੇ ਅਗਰ ਇੱਕ ਦਾ ਰੇਟ, ਯਾਨੀ ਇੱਕ ਦਾ ਹੋ ਗਿਆ ਫਿਰ 10 ਲੱਖ ਰੁਪਇਆ? ਹਾਂਜੀ, 10 ਲੱਖ ਇੱਕ ਦਾ। ਸਾਡਾ ਮੈਂਡ ਇਹ ਹੈਗਾ ਕਿ ਤਕਰੀਬਨ 19 ਤੱਕ ਚੱਲੇ ਜਾਣੇ ਨੇ। ਯਾਨੀ ਕਿ 19 ਲੱਖ ਦੇ ਦੋਵੇਂ? ਠੀਕ ਹੈ। ਮਾਸ਼ਾਅੱਲਾ, ਬਹੁਤ ਪਿਆਰੇ ਔਰ ਬਹੁਤ ਸੋਹਣੇ, ਔਰ ਇਹਨਾਂ ਦਾ ਕੱਦ ਵੀ ਬਹੁਤ ਜ਼ਿਆਦਾ। ਨਾਜ਼ਰੀਨ, ਇਹ ਜਾਨਵਰ ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਜਿਹੜੇ ਸੋਹਣੇ ਸੋਹਣੇ
प्यारे प्यारे। वैसे तो पूरी मंडी दे विच बड़े सोहने सोहने जानवर ने, परदेसी लोग आए ने, इन्होंने बहुत मेहनत की होंदिया जानवरों से, बड़ी इन्होंने जद्दोजहद की होंगी है, पाले होंगे ने, तो जानवर सारे बहुत प्यारे तो बहुत सोहने ने। लेकिन असी जिहड़े चोणवे जानवर ने जिन्हों के रेट भी आम जानवर नालों ज़्यादा ने, उन्हां दी खूबसूरती और वजन भी आम जानवर नालों ज़्यादा, असी वो तुहानू जानवर विखा रहे हैं। इस टाइम महमूद बूटी बकरा मंडी दे विच मौजूद आ, ते आओ हुण असीं तुहानू विखाने आ बकरे, ते नाल वो जिहड़े व्यापारी फिर रहे ने, वो अजे भी मेरी अखां दे सामने जिहड़ा उन्होंने मजमा इकट्ठा किया है, नाले उन्हां दा वेखने आ तमाशा कि वह की कर रहे ने लोगों नाल। नाजरीन हुण असीं पहुँच चुके हाँ जिथे बकरियां दा वाड़ा है, बकरे छतरे तुसीं वेख रहे हो मेरे पिछे, तो असीं जानन दी कोशिश करांगे इन्हां दे मालकान कोलों कि किहड़े बकरे दा की रेट है और किस तरह बेचते ने, और मजीद बाकी भी मालूमात है। तुसीं वेख रहे हो माशाल्लाह किड्डे प्यारे प्यारे सोहने सोहने बकरे ने। ओहो ओ भाजी इत्थे भी पहुँच गए हो तुसीं? ਉਹ ਭਾਅ ਜੀ ਅਸੀਂ ਬੱਕਰੇ ਖਰੀਦਣ ਆਏ, ਹੁਣ ਤੁਸੀਂ ਸਾਡੇ ਪਿੱਛੇ ਪਿੱਛੇ ਰਹਿੰਦੇ ਹੋ? ਉਹ ਭਾਅ ਜੀ ਮੈਂ ਨਹੀਂ ਤੁਹਾਡੇ ਪਿੱਛੇ, ਤੁਸੀਂ ਮੇਰੇ ਅੱਗੇ ਅੱਗੇ ਜਾ ਰਹੇ ਹੋ। ਉਹ ਭਾਅ ਜੀ ਜਾਂ ਤਰਾ ਕੱਢ ਦਿੱਤਾ ਜੇ ਫੜ ਕੇ, ਅਤੇ ਕੋਈ ਅਜੇ ਤੱਕ ਸੌਦਾ ਬਣਿਆ ਕਿ ਨਹੀਂ? ਸੌਦਾ ਇਨਸ਼ਾਅੱਲਾ ਬਣ ਜਾਏਗਾ, ਮੈਨੂੰ ਪਸੰਦ ਆ ਗਿਆ। ਮੇਰਾ ਤਾਂ ਖਿਆਲ ਹੈ ਤੁਸੀਂ ਇੱਥੋਂ ਚੋਰੀ ਰਸੀ ਖੋਲਣ ਦੇ ਸੋ। ਬਹਰਹਾਲ ਅਸਲਾਮ ਅਲੈਕਮ ਜੀ, ਇਹ ਤੁਹਾਡੇ ਨੇ ਬੱਕਰੇ? ਜੀ ਸਾਡੇ ਨੇ ਬੱਕਰੇ। ਅੱਛਾ, ਅਤੇ ਮੈਨੂੰ ਇਹ ਦੱਸੋ ਕਿ ਕੀ ਰੇਟ ਜਾ ਰਿਹਾ ਹੁਣ ਬੱਕਰਿਆਂ ਦਾ, ਕਿਉਂਕਿ ਈਦ ਦੇ ਦਿਨ ਆ ਗਏ ਨੇ, ਅਤੇ ਗਰੀਬ ਲੋਕ ਵੀ ਕੁਰਬਾਨੀ ਦੇਣਾ ਚਾਹ ਰਹੇ ਨੇ, ਅਮੀਰ ਲੋਕ ਵੀ ਨੇ, ਯਾਨੀ ਗੱਲ ਗਰੀਬੀ ਅਮੀਰੀ ਦੀ ਨਹੀਂ, ਗੱਲ ਹੈਗੀ ਹੈ ਕਿ ਅੱਲਾਹ ਦੇ ਨਾਲ ਇਸ਼ਕ ਕਰਦੇ ਨੇ ਲੋਕ ਸਾਡੇ ਸਮੇਤ ਅਲਹਮਦੁਲਿਲਾ, ਅਤੇ ਉਹਦੇ ਵਿੱਚ ਹੈ ਕਿ ਜਿਹੜੇ ਲੋਕ ਗਰੀਬ ਲੋਕ ਨੇ ਕੁਰਬਾਨੀ ਦੇਣਾ ਚਾਹ ਰਹੇ ਨੇ, ਉਹਨਾਂ ਵਾਸਤੇ ਕੋਈ ਤੁਹਾਡੇ ਕੋਲ ਮੁਹੱਬਤ ਪਿਆਰ ਵਾਲਾ ਰੇਟ ਕੋ ਹੈ? ਅਸਾਂ ਤਾਂ ਮੁਹੱਬਤ ਪਿਆਰ ਕਰ ਰਹੇ ਹਾਂ। ਅੱਛਾ, ਅਸਾਂ ਤਾਂ ਬੱਚਿਆਂ ਦੀ ਰੋਜ਼ੀ ਆਸਾਂ, ਰੋਜ਼ੀ 1500 ਬਣਿਆ, ਅਸਾਂ ਤਾਂ ਜਾਨਵਰ ਵੇਚਣੇ ਵੇਚਣੇ। ਅੱਛਾ, ਇੱਕ ਚੀਜ਼ ਮੈਨੂੰ ਥੋੜ੍ਹੀ ਜਿਹੀ ਦੱਸਣਾ ਕਿ ਅੱਜ ਕੱਲ੍ਹ ਮੰਡੀਆਂ ਦੇ ਵਿੱਚ ਹੈ ਨਕਲੀ ਪੈਸਿਆਂ ਦਾ ਬੜਾ ਟਰੈਂਡ ਚੱਲਦਾ ਪਿਆ, ਬਲਕਿ ਬੜੀ ਦੇਰ ਤੋਂ ਲੋਕ ਵਪਾਰੀਆਂ ਨੂੰ ਨਕਲੀ ਪੈਸੇ ਦੇ ਜਾਂਦੇ ਨੇ, ਅਤੇ ਵਪਾਰੀ ਵੀ ਕੀ ਕਰਦੇ? ਨਾਜ਼ਰੀਨ ਮੈਂ ਤੁਹਾਨੂੰ ਦੋਵਾਂ ਦੀਆਂ ਪੜਦੇ ਅੱਜ ਖੋਲ੍ਹ ਕੇ ਦੱਸਣਾ, ਅਗਰ ਜੇ ਖਰੀਦਣ ਵਾਲੇ ਨਕਲੀ ਪੈਸੇ ਦੇ ਜਾਂਦੇ ਨੇ, ਤਾਂ ਕਈ ਵਪਾਰੀ ਵੀ ਐਸੇ ਨੇ ਕਿ ਜਿਹੜੇ ਬੱਕਰਿਆਂ ਦੇ ਥਣਾਂ ਨੂੰ ਅਲਫੀ ਲਾ ਕੇ ਉਹ ਬੱਕਰੀ ਨੂੰ ਬੱਕਰਾ ਕਰਕੇ ਵੇਚ ਦਿੰਦੇ ਨੇ, ਉਹ ਚੋਗੇ ਦੇ ਦੰਦ ਤੋੜ ਕੇ ਦੋਂਦਾ ਕਰਕੇ ਵੇਚ ਦਿੰਦੇ ਨੇ। ਇਹ ਦੋਵਾਂ ਦੀ ਜਿਹੜੀ ਹੈ ਨਾ ਨਾ ਅਹਿਲੀਆਂ ਔਰ ਬਦ ਤਹਿਜ਼ੀਬੀਆਂ ਨੇ ਜਿਹੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਅਗਰ ਜੇ ਤੁਸੀਂ ਕੁਰਬਾਨੀ ਦੇਣੀ ਹੈ, ਅੱਲਾਹ ਨੂੰ ਰਾਜ਼ੀ ਕਰਨਾ, ਅਤੇ ਫਿਰ ਸਭ ਤੋਂ ਪਹਿਲੇ ਅੱਲਾਹ ਦੀ ਜਿਹੜੀ ਮਖਲੂਕ ਹੈ ਉਹਦੇ ਨਾਲ ਮੁਹੱਬਤ ਵਰਤੋ, ਉਹਨੂੰ ਰਾਜ਼ੀ ਕਰੋ, ਨਾ ਕਿ ਚੋਰੀ ਦੀ ਚੀਜ਼ ਜਾਂ ਚੋਰੀ ਦਾ ਲੰਗਰ ਕਦੀ ਕਾਬਲੇ ਕਬੂਲ ਨਹੀਂ ਹੋਇਆ, ਅਤੇ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸੋ। ਇਹ ਤਾਂ ਸਰ ਜੀ, ਚੋਰੀ ਅਸਾਂ ਤਾਂ ਕੰਮ ਨਹੀਂ ਕਰੀਂਦੇ, ਜਿਹੜਾ ਕੰਮ ਤੁਸੀਂ ਦੱਸ ਰਹੇ ਹੋ। ਅਸਾਂ ਤਾਂ ਜਾਨਵਰ ਦੇਖ ਕੇ ਕਹਿੰਦੇ ਹਾਂ, ਕੁਰਬਾਨੀ ਦਾ ਮਾਲ ਹੁੰਦਾ, ਪੈਸੇ ਭਰ ਕੇ ਜੀਵਣ ਹੁੰਦੇ ਨੇ, ਇਹ ਤਾਂ ਨਹੀਂ ਹੁੰਦਾ ਭਾਈ ਪਰ ਨਾਲ ਦੋਖਾ ਫਰਾਡ ਕਰਨਾ। ਅੱਛਾ, ਆਪਣਾ ਇਲਾਕਾ ਕਿਹੜਾ ਹੈਗਾ? ਜ਼ਿਲ੍ਹਾ ਬਖਰ। ਜ਼ਿਲ੍ਹਾ ਭੱਖਰ, ਅਤੇ ਆਹ ਬੰਦਾ ਕਦੋਂ ਦਾ ਤੁਹਾਡੇ ਬੱਕਰੇ ਸ਼ੱਕਰੇ ਵੇਖ ਰਿਹਾ? ਇਹ ਬੰਦਾ 1-2 ਦਿਨ ਤਾਂ ਠੀਕ ਹੈ। ਅੱਛਾ, 1-2 ਦਿਨ ਹੋ ਗਿਆ, ਯਾਨੀ ਕਿ ਇਹਨੂੰ ਮਾਰਕੀਟ 'ਚ ਫਿਰਦੇ ਹਾਂ ਬੱਕਰਿਆਂ ਵਾਲੀ ਮਾਰਕੀਟ ਫਿਰਦੇ? ਠੀਕ ਹੈ, ਅਤੇ ਅਜੇ ਤੱਕ ਕੋਈ ਸੌਦਾ ਸੂਦਾ ਇਹਦਾ ਬਣਿਆ ਕਿ ਨਹੀਂ ਬਣਿਆ? ਨਹੀਂ, ਤਾਂ ਸੌਦਾ ਕੋਈ ਬਣਾ ਤਾਂ ਸਾਡੇ ਨਾਲ ਤਾਂ ਕੋਈ ਨਹੀਂ। ਹੈ ਜੀ, ਇੱਕ ਤੁਹਾਡਾ ਵੱਡਾ ਭਰਾ ਵੀ ਸੀ, ਉਹਨੂੰ ਕਿਤੇ ਲੈ ਕੇ ਜਾਨਵਰ ਘੱਲ ਤੇ ਨਹੀਂ ਦਿੱਤਾ? ਨਹੀਂ ਨਹੀਂ ਭਾਅ ਜੀ, ਉਹ ਇੱਥੇ ਹੀ ਹੈਗਾ, ਉਹ ਪਰਲੀ ਸਾਈਡ 'ਤੇ ਜਾਨਵਰ ਵੇਖਣ ਦਿਆ, ਹੁਣ ਇਹ ਆ ਜਾਂਦਾ। ਉਹ ਸੌਦਾ ਬਣਨ ਦਿਆ ਸੀ, ਮੈਂ ਕਿਹਾ ਤੂੰ ਪੈਸੇ ਦੇ ਕੇ ਆ ਜਾ, ਹੋਰ 5-6 ਬੱਕਰੇ ਹੋਰ ਖਰੀਦ ਲੈਂਦੇ ਸੀ। ਅੱਛਾ ਜੀ, ਅਤੇ ਇੱਥੇ ਕੋਈ ਬਣਿਆ ਸੌਦਾ ਆਪਣਾ? ਹਾਂ, ਮੈਨੂੰ ਪਸੰਦ ਆ ਗਿਆ ਜਾਨਵਰ, ਮੇਰਾ ਵੱਡਾ ਭਰਾ ਆਉਂਦਾ ਨਾ, ਅਤੇ ਅਸੀਂ ਦੋਵਾਂ ਨੂੰ ਵੇਖ ਕੇ ਨਾ ਆਪਾਂ 'ਚ ਪੈਸੇ ਡਿਸਾਈਡ ਕਰਨੇ ਹੁੰਦੇ ਨੇ ਨਾ, ਰਕਮ ਦਾ ਮਾਮਲਾ ਹੈ, ਅਤੇ ਫਿਰ ਆਪਾਂ 'ਚ ਅਸੀਂ ਮਿਲ ਕੇ ਕਰਨੇ ਜੋ ਵੀ ਕਰਨੇ। ਹਾਂਜੀ, ਬੜੀ ਵੱਡੀ ਰਕਮ ਦਾ ਮਾਮਲਾ। ਹਾਂਜੀ ਹਾਂਜੀ, ਅਤੇ ਨਾਜ਼ਰੀਨ ਅਸੀਂ ਚੱਲਦੇ ਹਾਂ ਆਪਣਾ, ਬੜੇ ਪਿਆਰੇ ਪਿਆਰੇ ਅਤੇ ਸੋਹਣੇ ਸੋਹਣੇ ਬੱਕਰੇ ਵੀ ਨੇ, ਅਸੀਂ ਉਹਨਾਂ ਨੂੰ ਵੀ ਜਿਹੜਾ ਵੇਖਦੇ ਹਾਂ, ਅਤੇ ਅਸੀਂ ਆਪਣੇ ਨਾਜ਼ਰੀਨ ਨੂੰ ਵਹਾਨੇ ਹਾਂ, ਅਤੇ ਬੱਕਰਾ ਖਰੀਦਣਾ ਤਾਂ ਆਜੋ, ਤੁਹਾਨੂੰ ਬੱਕਰਾ ਲੈ ਦਈਏ। ਭਾਅ ਜੀ ਬੱਕਰਾ ਲੈ ਲਾਂਗੇ ਅਸੀਂ, ਐਸੀ ਗੱਲ ਕੋਈ ਨਹੀਂ ਹੈਗੀ, ਯਾਨੀ ਕਿ ਅਸੀਂ ਨਾ ਆਈਏ ਤੁਹਾਡੇ ਨਾਲ। ਨਹੀਂ, ਤੁਸੀਂ ਸਾਡੇ ਨਾਲ ਭਾਈ, ਤੁਸੀਂ ਸਾਨੂੰ ਲੈ ਕੇ ਦੇਣਾ, ਕਿਉਂਕਿ ਤੁਸੀਂ ਪ੍ਰੈਸ ਦੇ ਬੰਦੇ ਜੇ, ਅਤੇ ਤੁਹਾਡੀ ਵੇਨ ਨਹੀਂ ਛੱਡਦਾ, ਸਾਨੂੰ ਸਸਤੀ ਚੀਜ਼ ਲੱਭ ਜਾਏਗੀ, ਜੇ ਤੁਹਾਡੀ ਜਾਇਜ਼ ਹੋਵੇ ਤਾਂ ਪਹਿਲਾਂ ਨਾਲ ਗੱਲ ਕਰ ਲਈਏ। ਸਾਡੀ ਵਜ੍ਹਾ ਨਾਲ ਤੁਹਾਨੂੰ ਚੀਜ਼ ਤਾਂ ਸਸਤੀ ਲੱਭ ਜਾਏਗੀ, ਲੇਕਿਨ ਤੁਹਾਡੀ ਵਜ੍ਹਾ ਤੋਂ ਸਾਨੂੰ ਲੱਗਦਾ ਪੈਣੀਆਂ ਬੜੀਆਂ। ਜੀ ਨਾਜ਼ਰੀਨ, ਅਤੇ ਅਸੀਂ ਉਮੀਦ ਕਰਦੇ ਹਾਂ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਬਹੁਤ ਪਸੰਦ ਆਇਆ ਹੋਏਗਾ। ਅਸੀਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਟਰਟੇਨ ਵੀ ਕੀਤਾ, ਕੌਮੇਡੀ ਵੀ ਕੀਤੀ ਹੈ, ਸੋਹਣੇ ਸੋਹਣੇ ਬੱਕਰੇ ਵੀ ਵਹਾਏ ਨੇ, ਊਂਠ ਵੀ ਵਹਾਏ ਨੇ, ਅਤੇ ਪਿਆਰੇ ਪਿਆਰੇ ਵੱਛੇ ਵੀ ਵਹਾਏ ਨੇ, ਅਤੇ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਤੁਹਾਨੂੰ ਕਿੰਝ ਦਾ ਲੱਗਾ,
ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਆਪਣੀ رائے ਦਾ ਇਜ਼ਹਾਰ ਕਰੋ ਔਰ ਅਸੀਂ ਤੁਹਾਡੇ ਕਮੈਂਟ ਦਾ ਇਨਸ਼ਾਅੱਲਾ ਤੁਹਾਨੂੰ ਜਵਾਬ ਵੀ ਦੇਵਾਂਗੇ ਸਾਡੀ ਵੀਡੀਓ ਤੁਹਾਨੂੰ ਅਗਰ ਅੱਛੀ ਲੱਗੀ ਹੋਵੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਆਪਣਾ ਰੰਗ ਟੀਵੀ ਸਬਸਕ੍ਰਾਈਬ ਕਰੋ ਤੇ ਇਨਸ਼ਾਅੱਲਾ ਅਸੀਂ ਨੈਕਸਟ ਵੀਡੀਓ ਤੇ ਤੁਹਾਡੇ ਨਾਲ ਫਿਰ ਅਸੀਂ ਹਾਜ਼ਰ ਹੋਵਾਂਗੇ ਆਪਣੇ ਨਾਜ਼ਰੀਨ ਵਾਸਤੇ ਕੋਈ ਅੱਛੀ ਜੀ ਕਾਮੇਡੀ ਅੱਛੀ ਜੀ ਜਗ੍ਹਾ ਅੱਛੇ ਜੇ ਲੋਕਾਂ ਦੇ ਨਾਲ ਕਰਾਂਗੇ ਗੁਫ਼ਤਗੂ ਖੱਟੀਆਂ ਮਿੱਠੀਆਂ ਗੱਲਾਂ ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਤੇ ਤੁਹਾਡੇ ਨਾਲ ਕਰਨੇ ਮੁਲਾਕਾਤ ਅੱਲਾ ਹਾਫਿਜ਼।